ਪਹਿਲਾਂ ਵੀ ਮੈਂ ਮਤਲਬ 15-20 ਸਾਲ ਪਹਿਲਾਂ ਆਈ ਸੀ, ਉਦੋਂ ਇਹਨਾਂ ਨੇ ਸ਼ੁਰੂ ਕੀਤਾ ਸੀ, ਉਦੋਂ ਤੋਂ ਸ਼ੁਰੂ ਕੀਤਾ, ਕਰਦੇ ਕਰਦੇ ਅੱਜ ਇਸ ਹਾਈਐਸਟ ਲੈਵਲ 'ਤੇ ਪਹੁੰਚ ਗਏ ਨੇ। ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਸੜਕ ਸੁਰੱਖਿਆ ਫੋਰਸ ਨੇ ਹੁਣ ਤੱਕ ਕਈ ਕੀਮਤੀ ਜਾਨਾਂ ਬਚਾਈਆਂ। ਇਸ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ 'ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਜਿੱਥੇ ਰਿਕਾਰਡ ਕਾਇਮ ਕੀਤਾ, ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ। ਅਤਿ ਆਧੁਨਿਕ ਯੰਤਰਾਂ ਦੇ ਨਾਲ ਲੈਸ 144 ਅਤਿ ਆਧੁਨਿਕ ਵਾਹਨ ਪੰਜਾਬ ਭਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ। ਇਹਨਾਂ ਦੀ ਮੌਜੂਦਗੀ ਦੇ ਚਲਦਿਆਂ SSF ਰੂਟਾਂ ਤੇ ਅਪਰਾਧ ਦਰ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ। ਹੈਲਿਕਸ ਗੱਡੀ ਇੱਕ ਐਸੀ ਗੱਡੀ ਹੈ ਜਿਹਦੇ ਵਿੱਚ ਬਹੁਤ ਪਾਵਰ ਆ। ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ, ਜਿਹਦੇ ਵਿੱਚ ਆਪਾਂ ਇੱਕ ਸਟ੍ਰੈਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸਨੂੰ ਉੱਥੇ ਰੱਖ ਕੇ ਆਪਾਂ ਇੱਕ ਸੁਚਾਰੂ ਢੰਗ ਨਾਲ ਜਿਹੜਾ ਜਾਮ ਆ ਉਸਨੂੰ ਆਪਾਂ ਕਲੀਅਰ ਕਰਾ ਸਕਦੇ ਹਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ। 30 ਕਿਲੋਮੀਟਰ ਵਾਲੀ ਗੱਡੀ ਤੁਹਾਨੂੰ ਆਉਂਦੀ ਹੈ ਜਾਂਦੀ ਮਿਲੂਗੀ, ਕੋਈ ਟਰੱਕ ਖੜਾ ਖਰਾਬ ਹੋਇਆ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ। ਪਰ ਸ਼ਹਿਰਾਂ ਦੇ ਵਿੱਚ ਜੇਕਰ ਦੇਖਿਆ ਜਾਏ ਤਾਂ ਹੋਟਲਾਂ ਦੇ ਵਿੱਚ ਮਨਾਈਆਂ ਜਾਂਦੀਆਂ ਨੇ, ਹੈ ਨਾ, ਉੱਥੇ ਗੇਮਾਂ ਗੁੰਮਾਂ ਖੇਡ ਕੇ, ਅਜੇ ਪੀਂਘਾਂ ਤਾਂ ਹੈ ਹੀ ਨਹੀਂ ਹੁਣ ਕਿਤੇ। ਗੱਲ ਇਹ ਨਾ ਬੇਟੇ, ਜਗ੍ਹਾ ਵੀ ਹੈ ਨਹੀਂ ਪੀਂਘਾਂ ਦੀ, ਹੈ ਨਾ, ਜਿਵੇਂ ਨਾ ਕੋਈ ਪਿੱਪਲ ਆ ਨਾ ਕੋਈ ਦਰਖਤ ਹੈ ਨਾ ਕੋਈ ਗੱਲ ਹੈਗੀ ਬਾਤ, ਉਹ ਕਿੱਥੇ ਕੀ ਪੀਂਘਾਂ ਪਾਉਣ। ਜਿੰਨਾ ਵੀ ਕੋਸ਼ਿਸ਼ ਤਾਂ ਕਰਦੀ ਹੈ ਸਾਰੀਆਂ ਵੀ ਤੀਆਂ ਦਾ ਮੇਲਾ ਮੰਗਾਈਏ। ਤੁਸੀਂ ਆਪਣੇ ਸਮੇਂ 'ਤੇ ਵੀ ਪਿੰਡਾਂ ਦੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਹੋਣਾ, ਤੁਸੀਂ ਵੀ ਤੀਆਂ ਮਨਾਈਆਂ ਹੋਣੀਆਂ, ਪੀਂਘਾਂ ਝੂਟੀਆਂ ਹੋਣੀਆਂ, ਹੈ ਨਾ, ਉਹ ਸਮਾਂ ਯਾਦ ਆਉਂਦਾ ਅੱਜ? ਹਾਂ, ਯਾਦ ਕਿਉਂ ਨਹੀਂ ਹੁੰਦਾ, ਪੁਰਾਣੀਆਂ ਚੀਜ਼ਾਂ ਪੁਰਾਣੀ ਚੀਜ਼ਾਂ ਸਾਰੀਆਂ ਯਾਦ ਆਉਂਦੀਆਂ, ਕਿਉਂਕਿ ਸਾਡੇ ਵੇਲੇ ਵੀ ਤੀਆਂ ਲੱਗਦੀਆਂ ਹੁੰਦੀਆਂ ਸੀਗੀਆਂ। ਕੁੜੀਆਂ ਸਾਰੀਆਂ ਆਪਦੇ ਪੇਕੇ ਘਰ ਆਉਂਦੀਆਂ ਹੁੰਦੀਆਂ ਸੀ, ਸਾਰੀਆਂ ਫਿਰ ਆ ਕੇ ਨੱਚਦੀਆਂ ਟੱਪਦੀਆਂ ਗੀਤ ਗਾਉਂਦੀਆਂ ਚੰਗੀਆਂ ਮਾੜੀਆਂ ਗੱਲਾਂ ਸਾਰੀਆਂ ਕਰਦੀਆਂ। ਅਤੇ ਮੇਰੇ ਵੱਡੇ ਸਿਸਟਰ ਜਾਂਦੇ ਹੁੰਦੇ ਸੀ, ਅਸੀਂ ਉਹਨਾਂ ਨਾਲ ਤੀਆਂ ਦੇਖਣ ਜਾਂਦੇ ਹੁੰਦੇ ਸੀ। ਪਿੱਛੋਂ ਕੁੜੀਆਂ ਆਉਂਦੀਆਂ ਪਿੰਡ 'ਚੋਂ ਨਿਕਲ ਕੇ, ਸਾਡਾ ਘਰ ਬਾਹਰ ਬਾਹਰ ਸੀ, ਅਤੇ ਗੀਤ ਗਾਉਂਦੀਆਂ ਆਉਂਦੀਆਂ, ਅਤੇ ਫਿਰ ਗੀਤ ਗਾਉਂਦੀਆਂ ਗਾਉਂਦੀਆਂ ਉਹਨੂੰ ਵੀ ਨਾਲ ਜੁਆਇਨ ਕਰ ਲੈਂਦੀਆਂ ਸੀਗੀਆਂ, ਫਿਰ ਜਾ ਕੇ ਪਿੰਡ 'ਚ ਨੱਚਦੀਆਂ ਹੁੰਦੀਆਂ ਸੀ। ਪਿੰਡ ਸਮਾਓ ਦੇ ਵਿੱਚ ਇਸ ਵਕਤ ਪਹੁੰਚੇ ਹੋਏ ਹਾਂ, ਤੀਆਂ ਦਾ ਮੇਲਾ ਚੱਲ ਰਿਹਾ। ਪਾਲ ਸਿੰਘ ਸਮਾਓ ਜੀ ਹਰ ਸਾਲ ਹੀ ਤੀਆਂ ਦੇ ਲਈ ਇਹ ਮੇਲਾ ਕਰਵਾਉਂਦੇ ਨੇ ਔਰ ਧੂਮਧਾਮ ਦੇ ਨਾਲ ਮੇਲਾ ਇਹ ਕੀਤਾ ਜਾਂਦਾ ਹੈ, ਧੀਆਂ ਨੂੰ ਸੰਧਾਰੇ ਦਿੱਤੇ ਜਾਂਦੇ ਨੇ। ਮੇਰੇ ਨਾਲ ਇਸ ਵਕਤ ਨੇ ਪਦਮ ਸ਼੍ਰੀ ਅਵਾਰਡਡ ਨਿਰਮਲ ਰਿਸ਼ੀ ਮੈਮ। ਬਹੁਤ ਸਮੇਂ ਤੋਂ ਇਹਨਾਂ ਨੂੰ ਅਸੀਂ ਇੰਡਸਟਰੀ ਦੇ ਵਿੱਚ ਵੇਖਦੇ ਆ ਰਹੇ ਹਾਂ, ਪਰ ਅੱਜ ਗੱਲਬਾਤ ਕਰਨ ਦਾ ਮੈਂ ਮੌਕਾ ਮਿਲਿਆ। ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕਾਂ ਦੇਣਾ ਚਾਹੂੰਗੀ ਤੁਹਾਨੂੰ ਕਿ ਤੀਆਂ ਦੇ ਮੇਲੇ 'ਤੇ ਅਸੀਂ ਤੁਹਾਨੂੰ ਵੇਖ ਪਾ ਰਹੇ, ਤੁਹਾਡੇ ਨਾਲ ਗੱਲਬਾਤ ਕਰ ਪਾ ਰਹੇ ਹਾਂ। ਥੈਂਕ ਯੂ ਬੇਟੇ, ਮੈਨੂੰ ਬਹੁਤ ਅੱਛਾ ਲੱਗ ਰਿਹਾ ਅੱਜ ਮੈਂ ਇੱਥੇ ਆਈ ਹਾਂ ਜੀ। ਮੈਮ, ਖਾਸ ਕਰ ਤੁਸੀਂ ਤੀਆਂ ਨੂੰ ਕੀ ਕਹਿਣਾ ਚਾਹੋਗੇ, ਕਿਉਂਕਿ ਅੱਜ ਕੱਲ੍ਹ ਜੇ ਦੇਖੀਏ ਅਸੀਂ ਕਿ ਸ਼ਹਿਰਾਂ ਦੇ ਵਿੱਚ ਇਹ ਰਿਵਾਜ਼ ਖਤਮ ਹੁੰਦਾ ਜਾ ਰਿਹਾ, ਹੈ ਨਾ, ਤੀਆਂ ਕਿਸੇ ਨੂੰ ਪਤਾ ਹੀ ਨਹੀਂ ਹੈ ਕੀ ਹੁੰਦੀਆਂ ਨੇ। ਮੈਂ ਸਭ ਤੋਂ ਪਹਿਲਾਂ ਇਹੀ ਪੁੱਛਾਂਗੀ ਕਿ ਤੁਹਾਨੂੰ ਅੱਜ ਇੱਥੇ ਆਉਣ 'ਤੇ ਚੰਗਾ ਤਾਂ ਲੱਗ ਰਿਹਾ, ਪਰ ਪਾਲ ਸਿੰਘ ਸਮਾਓ ਜੀ ਬਹੁਤ ਲੰਬੇ ਸਮੇਂ ਤੋਂ ਤੀਆਂ ਦੇ ਲਈ ਇਹ ਕੰਮ ਕਰ ਰਹੇ ਨੇ, ਹੈ ਨਾ। ਪਹਿਲਾਂ ਵੀ ਮੈਂ ਮਤਲਬ 15-20 ਸਾਲ ਪਹਿਲਾਂ ਆਈ ਸੀ, ਉਦੋਂ ਇਹਨਾਂ ਨੇ ਸ਼ੁਰੂ ਕੀਤਾ ਸੀ, ਉਦੋਂ ਤੋਂ ਸ਼ੁਰੂ ਕੀਤਾ, ਕਰਦੇ ਕਰਦੇ ਅੱਜ ਇਸ ਹਾਈਐਸਟ ਲੈਵਲ 'ਤੇ ਪਹੁੰਚ ਗਏ ਨੇ, ਕਿਉਂਕਿ ਇਹਨਾਂ ਨੇ ਵਿਰਸਾ ਸੰਭਾਲ ਕੇ ਰੱਖਿਆ। ਹੁਣ ਇਹਨਾਂ ਦੀ ਰੀਸ ਨਾਲ ਬਹੁਤ ਸਾਰੀਆਂ ਥਾਵਾਂ 'ਤੇ ਤੀਆਂ ਲੱਗਣ ਲੱਗੀਆਂ, ਐਸੀ ਗੱਲ ਨਹੀਂ ਹੈ।
ਪਰ ਸ਼ਹਿਰਾਂ ਦੇ ਵਿੱਚ ਜੇਕਰ ਦੇਖਿਆ ਜਾਏ ਤਾਂ ਹੋਟਲਾਂ ਦੇ ਵਿੱਚ ਮਨਾਈਆਂ ਜਾਂਦੀਆਂ ਨੇ, ਹੈ ਨਾ, ਉੱਥੇ ਗੇਮਾਂ ਗੁੰਮਾਂ ਖੇਡ ਕੇ, ਅਜੇ ਪੀਂਘਾਂ ਤਾਂ ਹੈ ਹੀ ਨਹੀਂ ਹੁਣ ਕਿਤੇ। ਗੱਲ ਇਹ ਨਾ ਬੇਟੇ ਜਗ੍ਹਾ ਵੀ ਹੈ ਨਹੀਂ ਪੀਂਘਾਂ ਦੀ, ਹੈ ਨਾ, ਜਿਵੇਂ ਨਾ ਕੋਈ ਪਿੱਪਲ ਹੈ ਨਾ ਕੋਈ ਦਰਖਤ ਹੈ ਨਾ ਕੋਈ ਗੱਲ ਹੈਗੀ ਬਾਤ, ਉਹ ਕਿੱਥੇ ਕੀ ਪੀਂਘਾਂ ਪਾਉਣ। ਜਿੰਨਾ ਵੀ ਕੋਸ਼ਿਸ਼ ਤਾਂ ਕਰਦੀ ਹੈ ਸਾਰੀਆਂ ਵੀ ਤੀਆਂ ਦਾ ਮੇਲਾ ਮੰਗਾਈਏ, ਚਾਹੇ ਖਾਣ ਪੀਣ 'ਤੇ ਲੱਗ ਜਾਣ, ਚਾਹੇ ਕਿਸ ਚੀਜ਼ 'ਤੇ ਡਾਂਸ ਦੂਸਰਾ ਕਰ ਲਓ ਜੋ ਮਰਜ਼ੀ ਕਰ ਲੈਣ, ਪਰ ਤੀਆਂ ਨਾਂ ਜ਼ਰੂਰ ਰੱਖਦੀਆਂ ਹੈਗੀਆਂ ਵੀ ਅਸੀਂ ਇਹਨੂੰ ਮਨਾਉਣਾ ਹੈਗਾ। ਅਤੇ ਉਸ ਤਰ੍ਹਾਂ ਤਿਉਹਾਰ ਤਾਂ ਮਨਾਉਂਦੀਆਂ, ਪਰ ਐਂ ਵੀ ਫਿਰ ਸ਼ਹਿਰਾਂ ਵਿੱਚ ਹੁਣ ਇਹ ਜਿਹੇ ਨਹੀਂ ਨਾ ਚੀਜ਼ਾਂ ਜਿਵੇਂ ਪਿੰਡਾਂ 'ਚ ਹੋ ਜਾਂਦੀਆਂ, ਪੀਂਘਾਂ ਪਾ ਲਓ, ਹੋਰ ਕਰ ਲਓ, ਹੋਰ ਕਰ ਲਓ, ਉੱਥੇ ਨਹੀਂ ਇਹੋ ਜਿਹਾ ਕੁਛ। ਅੱਛਾ ਮੈਮ, ਤੁਸੀਂ ਆਪਣੇ ਸਮੇਂ 'ਤੇ ਵੀ ਪਿੰਡਾਂ ਦੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਹੋਣਾ, ਤੁਸੀਂ ਵੀ ਤੀਆਂ ਮਨਾਈਆਂ ਹੋਣੀਆਂ, ਪੀਂਘਾਂ ਝੂਟੀਆਂ ਹੋਣੀਆਂ, ਹੈ ਨਾ, ਉਹ ਸਮਾਂ ਯਾਦ ਆਉਂਦਾ ਅੱਜ? ਹਾਂ, ਯਾਦ ਕਿਉਂ ਨਹੀਂ ਹੁੰਦਾ, ਪੁਰਾਣੀਆਂ ਚੀਜ਼ਾਂ ਪੁਰਾਣੀ ਚੀਜ਼ਾਂ ਸਾਰੀਆਂ ਯਾਦ ਆਉਂਦੀਆਂ, ਕਿਉਂਕਿ ਸਾਡੇ ਵੇਲੇ ਵੀ ਤੀਆਂ ਲੱਗਦੀਆਂ ਹੁੰਦੀਆਂ ਸੀਗੀਆਂ, ਕੁੜੀਆਂ ਸਾਰੀਆਂ ਆਪਣੇ ਪੇਕੇ ਘਰ ਆਉਂਦੀਆਂ ਹੁੰਦੀਆਂ ਸੀ, ਸਾਰੀਆਂ ਫਿਰ ਆ ਕੇ ਨੱਚਦੀਆਂ ਟੱਪਦੀਆਂ ਗੀਤ ਗਾਉਂਦੀਆਂ ਚੰਗੀਆਂ ਮਾੜੀਆਂ ਗੱਲਾਂ ਸਾਰੀਆਂ ਕਰਦੀਆਂ, ਅਤੇ ਆਪਦੇ ਘਰ ਵਾਲੇ ਦੀਆਂ ਸੱਸ ਦੀਆਂ ਸਹੁਰੇ ਦੀਆਂ ਚੰਗੇ ਹੁੰਦੇ ਚੰਗੇ ਮਾੜੀ ਮਾੜੀ ਜੋ ਜਿਵੇਂ ਵੀ ਹੁੰਦਾ ਸੀ ਉਹਨਾਂ ਦਾ ਐਟਮੋਸਫੀਅਰ ਉਵੇਂ ਜਿਕਰ ਕਰਦੀਆਂ ਸੀਗੀਆਂ, ਉਵੇਂ ਜਿਕਰ ਬੋਲੀਆਂ ਬਣਦੀਆਂ ਸੀਗੀਆਂ। ਅੱਛਾ, ਤੁਹਾਨੂੰ ਕੋਈ ਉਸ ਵੇਲੇ ਦੀ ਯਾਦ ਹੈ ਤੁਹਾਡੇ ਦਿਮਾਗ ਦੇ ਵਿੱਚ ਜਿਹੜੀ ਸਾਡੇ ਨਾਲ ਸਾਂਝੀ ਕਰਨੀ ਚਾਹੋ? ਯਾਦ ਤਾਂ ਮੇਰੇ ਕੋਲ ਇਹੋ ਜਿਹੀ ਕੁਛ ਨਹੀਂ, ਪਰ ਮੈਨੂੰ ਯਾਦ ਮੈਂ ਛੋਟੀ ਜਿਹੀ ਸੀ ਕਿਉਂਕਿ ਬਾਕੀ ਟਾਈਮ ਤਾਂ ਮੈਂ ਰਾਜਸਥਾਨ 'ਚ ਕੱਟਿਆ, ਜੇ ਛੁੱਟੀਆਂ 'ਚ ਆਉਣਾ ਅਤੇ ਫਿਰ ਮੇਰੇ ਵੱਡੇ ਸਿਸਟਰ ਜਾਂਦੇ ਹੁੰਦੇ ਸੀ, ਅਸੀਂ ਉਹਨਾਂ ਨਾਲ ਤੀਆਂ ਦੇਖਣ ਜਾਂਦੇ ਹੁੰਦੇ ਸੀ, ਪਿੱਛੋਂ ਕੁੜੀਆਂ ਆਉਂਦੀਆਂ ਪਿੰਡ 'ਚੋਂ ਨਿਕਲ ਕੇ ਸਾਡਾ ਘਰ ਬਾਰ ਬਾਰ ਸੀ ਅਤੇ ਗੀਤ ਗਾਉਂਦੀਆਂ ਆਉਂਦੀਆਂ, ਅਤੇ ਫਿਰ ਗੀਤ ਗਾਉਂਦੀਆਂ ਗਾਉਂਦੀਆਂ ਉਹਨੂੰ ਵੀ ਨਾਲ ਜੁਆਇਨ ਕਰ ਲੈਂਦੀਆਂ ਸੀਗੀਆਂ, ਫਿਰ ਜਾ ਕੇ ਪਿੰਡ 'ਚ ਨੱਚਦੀਆਂ ਹੁੰਦੀਆਂ ਸੀ। ਅੱਛਾ ਮੈਮ, ਅੱਜ ਦੇ ਖਾਸ ਮੌਕੇ 'ਤੇ ਤੁਸੀਂ ਕੋਈ ਬੋਲੀ ਸੁਣਾਉਣਾ ਚਾਹੋ? ਮੈਂ ਤਾਂ ਹੁਣ ਕਿਹੜੀ ਬੋਲੀ ਲਾਲੀ ਸੁਣਾਉਣੀ। ਅੱਛਾ ਅੱਛਾ, ਬੇਬੇ ਵੀ ਨਾਲ ਬੈਠੇ ਨੇ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਖਾਸ ਮੌਕੇ 'ਤੇ? ਸਰਵਿਸ ਕਿੱਥੇ ਕਿੱਥੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਮੌਕੇ 'ਤੇ? ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਖੁਸ਼ੀ ਹੋ ਰਹੀ ਹੈ ਕਿ ਮੈਂ ਆਪਣੇ ਸੀਨੀਅਰ ਮੈਡਮ ਐਡਾ ਵੱਡਾ ਅਵਾਰਡ ਮਿਲਿਆ ਵਾਲਿਆਂ ਨੂੰ ਮੈਂ ਮਿਲੀ ਹਾਂ, ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਔਰ ਵਧਾਈ ਦੇ ਪਾਤਰ ਨੇ, ਇਹਨਾਂ ਨੇ ਲਾਈਫ 'ਚ ਬੜੀ ਮਿਹਨਤ ਕੀਤੀ ਹੈ। ਦੂਸਰੀ ਗੱਲ, ਮੈਂ ਇਸ ਮੌਕੇ 'ਤੇ ਇਹ ਕਹਿਣਾ ਚਾਹੁੰਦੀ ਹਾਂ, ਮੈਂ ਸੱਭਿਆਚਾਰ ਨੂੰ ਅਥਾਹ ਪਿਆਰ ਕਰਦੀ ਹਾਂ। ਅੱਜ ਮੈਂ ਤੀਆਂ ਦੇ ਮੇਲੇ 'ਤੇ ਆ ਕੇ ਇਹ ਮਹਿਸੂਸ ਕਰਦੀ ਹਾਂ, ਨਹੀਂ ਅੜੀਓ, ਮੈਂ ਤਾਂ ਉਹ ਪੇਂਡੂ ਜੀਵਨ ਨੂੰ ਦੁਬਾਰਾ ਹੰਢਾਉਣ ਲਈ ਖੁਸ਼ੀ ਮਨਾ ਰਹੀ ਹਾਂ। ਸਾਉਣ ਮਹੀਨਾ ਵਰੇ ਮੇਘਲਾ ਪਹਿਨ ਗੁਲਾਬੀ ਬਾਣਾ, ਸਿੰਘਾਵੇ ਤੇਰੇ ਨਾਨਕੀ ਮੈਂ ਤੀਆਂ ਵੇਖਣ ਜਾਣਾ, ਸਿੰਘਾਵੇ ਤੇਰੇ ਨਾਨਕੀ ਮੈਂ ਤੀਆਂ ਵੇਖਣ ਜਾਣਾ, ਸਿੰਘਾਵੇ ਤੇਰੇ ਨਾਨਕੀ ਤੀਆਂ ਵੇਖਣ ਜਾਣਾ। ਸੱਭਿਆਚਾਰ ਬਹੁਤ ਵਿਸ਼ਾਲ ਹੈ ਅਤੇ ਅੱਜ ਮੈਂ ਇਹ ਵੀ ਮਹਿਸੂਸ ਕਰਦੀ ਹਾਂ ਕਿ ਮੇਰੇ ਪੰਜਾਬ ਦੀਆਂ ਮੁਟਿਆਰਾਂ ਜੋ ਬਹੁਤ ਕੁਛ ਭੁੱਲ ਚੁੱਕੀਆਂ ਨੇ, ਰਹੇ ਚਰਖੇ ਨਾ ਤੰਦ ਨਾ ਤਰਿੰਜਣਾਂ ਦੇ ਰੰਗ, ਕਿੱਥੇ ਗਈਆਂ ਲੋਕੋ ਮੌਜ ਬਹਾਰਾਂ, ਨੀ ਬੋੜਾਂ ਵਾਲੀ ਛਾਂ ਨਾ ਰਹੀ, ਕਿੱਥੇ ਗਈਆਂ ਉਹ ਕੁੰਜਾਂ ਦੀਆਂ ਡਾਰਾਂ, ਜੋ ਮਾਰ ਹੁਲਾਰਾ ਪਿੰਗ ਚੜਾਉਂਦੀਆਂ ਸੀ, ਅਸਮਾਨੋਂ ਤਾਰੇ ਤੋੜ ਲਿਆਉਂਦੀਆਂ ਸੀ। ਦੱਸ ਵੇ ਪਿੱਪਲਾ, ਬੋਲ ਵੇ ਪਿੱਪਲਾ, ਕਿੱਥੇ ਨੇ ਉਹ ਮਨਮਤੀਆਂ ਮੁਟਿਆਰਾਂ, ਉਹ ਮਨਮਤੀਆਂ ਮੁਟਿਆਰਾਂ ਜਿਨ੍ਹਾਂ ਨੂੰ ਮੈਂ ਗਲ ਲੱਗ ਕੇ ਅਤੇ ਪਿੰਘਾਂ ਚੜਾਉਂਦੀ ਸੀ, ਸਿਖਰੋਂ ਤਾਰੇ ਨਿੰਮ ਦੇ ਪੱਤੇ ਤੋੜ ਲਿਆਉਂਦੀ ਸੀ। ਇੱਕ ਵਾਰੀ ਦੀ ਗੱਲ ਹੈ, ਮੈਂ ਤੁਹਾਨੂੰ
ਆਪਦੀ ਹੱਡ ਬੀਤੀ ਸੁਣਾਉਂਦੀ ਹੈ। ਮੈਨੂੰ ਇੰਨਾ ਸ਼ੌਕ ਸੀ ਨੱਚਣ ਦਾ, ਮੇਰੀ ਮਾਂ ਨੇ ਮੈਨੂੰ ਕਹਿਣਾ ਸ਼ਾਮ ਨੂੰ ਜਾ ਬਿਸਤਰੇ ਕੱਢ ਲਿਆ ਅੰਦਰੋਂ, ਅਤੇ ਭੈਣੇ ਮੈਂ ਤਾਂ ਉੱਥੇ ਨੱਚੀ ਜਾਣਾ। ਮੇਰੀ ਮਾਂ ਨੇ ਕਹਿਣਾ, ਮੈਂ ਤਾਂ ਰੋਟੀਆਂ ਵੀ ਪਕਾ ਲਈਆਂ, ਉਹ ਆਈ ਹੋਈ ਨਹੀਂ ਬਿਸਤਰੇ ਲੈ ਕੇ। ਜਦੋਂ ਉਹਨਾਂ ਨੇ ਜਾਣਾ ਤਾਂ ਮੈਨੂੰ ਕਹਿਣਾ, ਮੇਰੇ ਸਿਰ 'ਚ ਠੋਲਾ ਲਾ ਕੇ ਸਾਰਾ ਦਿਨ ਝੱਲੀ ਹੋਈ ਰਹਿੰਦੀ ਆ ਕਿਤੇ ਪਿੱਛੇ, ਅਤੇ ਅੱਜ ਮੈਂ ਝੱਲੀ ਹੋਈ ਨਹੀਂ। ਅੱਜ ਪੰਜਾਬ ਦੇ ਵਿੱਚ ਗੁਰੂ ਸਾਹਿਬ ਨੇ ਮੇਰਾ ਨਾਮ ਬਣਾਇਆ ਹੈ, ਔਰ ਮੈਂ 54 ਸਾਲ ਤੋਂ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੀ ਹਾਂ। ਹਰ ਯੂਨੀਵਰਸਿਟੀ ਵਿੱਚ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਜਾ ਰਹੀ ਹਾਂ, ਅਤੇ ਮੈਂ ਸ਼ੁਕਰਗੁਜ਼ਾਰ ਹਾਂ ਉਸ ਦੀ। ਅੱਜ ਚਰਖੇ ਦੀ ਘੂਕ ਮਰ ਜਾਣੀ ਕਿਉਂ ਨਹੀਂ ਬੋਲਦੀ, ਅੱਜ ਚਾਟੀ 'ਚ ਮਦਾਣੀ ਕਿਉਂ ਨਹੀਂ ਬੋਲਦੀ, ਅਤੇ ਚਰਖੇ ਦੀ ਘੂਕ ਮਰ ਜਾਣੀ ਕਿਉਂ ਨਹੀਂ ਬੋਲਦੀ। ਅੰਬਰਾਂ ਦੇ ਵਿਹੜਿਆਂ 'ਚ ਪੈ ਗਈਆਂ ਵੰਡੀਆਂ, ਵੱਢ ਦਿੱਤੇ ਬੋੜ ਛਾਵਾਂ, ਆਉਣ ਕਿੱਥੋਂ ਠੰਡੀਆਂ ਨੀ ਅੜੀਓ ਛਾਵਾਂ, ਆਉਣ ਕਿੱਥੋਂ ਠੰਡੀਆਂ। ਸੁੱਤੀਆਂ ਦੇ ਮੇਲੇ 'ਤੇ ਆ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ, ਅਤੇ ਮੈਂ ਪਾਲਸੀ ਸਮਾਓ ਨੂੰ ਤਹਿ ਦਿਲੋਂ ਵਧਾਈ ਦਿੰਦੀ ਹਾਂ, ਅਤੇ ਨਾਲ ਹੀ ਮੈਂ ਰਿਸ਼ੀ ਭੈਣ ਜੀ ਲਈ ਬਹੁਤ ਹੀ ਸਤਿਕਾਰ ਭਰੇ ਸ਼ਬਦ ਇਹ ਮੇਰੇ ਸੀਨੀਅਰ ਸੀ ਰੱਖਦੀ ਹਾਂ, ਅਤੇ ਹਾਂਜੀ ਧੰਨਵਾਦ। ਮੈਮ ਇੰਨੇ ਚੰਗੇ ਬੋਲ ਸੱਭਿਆਚਾਰ ਨੂੰ ਸਾਂਭ ਕੇ ਰੱਖਣ ਵਾਲੇ ਤੁਸੀਂ ਵੀ ਹੋ, ਹੈ ਨਾ ਜੀ? ਬਿਲਕੁਲ, ਅਸੀਂ ਇਹਨਾਂ ਬਾਰੇ ਸੁਣਿਆ ਵੀ ਹੈ, ਬਹੁਤ ਕੀ ਕਿਤਾਬਾਂ ਲਿਖੀਆਂ ਨੇ ਇਹਨਾਂ ਨੇ ਸੱਭਿਆਚਾਰ ਨੂੰ ਸਾਂਭਿਆ, ਔਰ ਅਸੀਂ ਤੁਹਾਨੂੰ ਵੀ ਜਦੋਂ ਵੇਖਦੇ ਹਾਂ ਕਿ ਉਹ ਇੱਕ ਸੱਭਿਆਚਾਰਕ ਜਿਹੜੀ ਵੇਖੋ ਤੁਹਾਡੇ ਵਿੱਚ ਸਾਨੂੰ ਵਿਖਾਈ ਦਿੰਦੀ, ਉਹ ਠੰਡਕ ਪਾਉਂਦੀ ਹੈ। ਮੇਰਾ ਮਤਲਬ ਤਰੀਕਾ ਪੇਂਡੂ ਬੋਲੀ 'ਤੇ, ਇਹਨਾਂ ਦਾ ਪੇਂਡੂ ਮਤਲਬ ਮਿਊਜ਼ਿਕ 'ਤੇ ਹੈ, ਗਿੱਧੇ 'ਤੇ ਹੈਗਾ। ਪਰ ਅਸੀਂ ਜ਼ਿੰਦਗੀ 'ਚ ਮੈਂ ਵੀ ਸੋਚਿਆ ਸੀ ਵੀ ਹੋਰ ਕੁਛ ਨਹੀਂ ਕਰਨਾ, ਹੱਸਣਾ ਗਾਉਣਾ ਨੱਚਣਾ ਬਸ। ਨੱਚਣਾ ਮੈਨੂੰ ਵੀ ਬਹੁਤ ਸ਼ੌਕ ਸੀ ਸ਼ੁਰੂ ਤੋਂ ਹੀ, ਬਹੁਤ ਨੱਚਦੀ ਰਹੀ ਮੈਂ। ਹੁਣ ਵੀ ਫਿਲਮ ਹੋਵੇ ਤਾਂ ਕਹਿਣਗੇ ਉਹ ਕਹਿਣਗੇ ਆਪ ਡਾਂਸ ਕਰੇਗੀ, ਮੈਂ ਕਿਹਾ ਥੋੜ੍ਹਾ ਥੋੜ੍ਹਾ ਕਰੂੰਗੀ, ਪਰ ਫਿਰ ਮੈਂ ਲੱਗ ਜਾਂਦੀ, ਮੈਂ ਕਰ ਲੈਂਦੀ ਹਾਂ ਜਦੋਂ ਮਾਹੌਲ ਬਣਦਾ। ਫਿਰ ਕਰਨਾ ਪੈਂਦਾ, ਕਰ ਵੀ ਲੈਂਦੇ ਹਾਂ ਬੇਟੇ। ਇਟਸ ਗੁੱਡ, ਵੈਰੀ ਗੁੱਡ। ਇਹਨਾਂ ਦੀਆਂ ਬੋਲੀਆਂ ਹੁਣ ਆਪਾਂ ਸੰਭਾਲ ਕੇ ਰੱਖਣੀਆਂ, ਇਹਨਾਂ ਦੀਆਂ ਕਿਤਾਬਾਂ ਸੰਭਾਲ ਕੇ ਰੱਖਣੀਆਂ, ਬਹੁਤ ਅੱਛਾ ਲੱਗਦਾ। ਮੈਮ ਪਾਲ ਨੇ ਇੰਨਾ ਅੱਛਾ ਪ੍ਰੋਗਰਾਮ ਬਣਾਇਆ, ਆਏ ਸਾਲ ਕਰਦਾ ਹੈ, ਵਰਲਡ 'ਚ ਮਸ਼ਹੂਰ ਹੈ ਪਾਲ। ਬਹੁਤ ਕੁੜੀਆਂ ਨੂੰ ਸਿਖਾਇਆ ਗਿੱਧਾ, ਅਤੇ ਕੁੜੀਆਂ ਦੀ ਸੇਵਾ ਕਰਦਾ, ਕੁੜੀਆਂ ਨੂੰ ਰੱਖਦਾ ਵੀ ਹੈ, ਅਤੇ ਕੁੜੀਆਂ ਨੂੰ ਗਿੱਧਾ ਵੀ ਸਿਖਾਉਂਦਾ, ਅਤੇ ਕੁੜੀਆਂ ਦੇ ਸੰਧਾਰੇ ਵੀ ਦਿੰਦਾ, ਬਹੁਤ ਅੱਛੀ ਗੱਲ ਹੈ। ਖਾਸ ਧੀਆਂ ਨੂੰ ਅੱਜ ਕੁਛ ਕਹਿਣਾ ਚਾਹੋਗੇ ਮੈਮ? ਖਾਸ ਧੀਆਂ ਨੂੰ ਕੁਛ ਕਹਿਣਾ ਚਾਹੁੰਦੇ ਹੋ ਅੱਜ? ਧੀਆਂ ਬਸ ਸ਼ੁਕਰਗੁਜ਼ਾਰ ਹੋਣ ਇਹਨਾਂ ਨੂੰ ਜਿਹੜੇ ਸੱਦੇ ਆ ਤੁਹਾਨੂੰ ਇੰਨੇ ਪਿਆਰ ਨਾਲ, ਉਹਨਾਂ ਨਾਲ ਤਾਂ ਬਹੁਤ ਪਿਆਰ ਹੋਣਾ ਚਾਹੀਦਾ, ਉਹਨਾਂ ਦੀ ਰਿਸਪੈਕਟ ਹੋਣੀ ਚਾਹੀਦੀ ਹੈ, ਉਹਨਾਂ ਨੂੰ ਵੀ ਸਾਨੂੰ ਸਾਡੇ ਵਰਗੇ ਨੂੰ ਤਾਂ ਆਨਰ ਕਰਨਾ ਚਾਹੀਦਾ ਪਾਲ ਵਰਗਿਆਂ ਨੂੰ। ਬਹੁਤ ਬਹੁਤ ਸ਼ੁਕਰੀਆ ਮੈਮ। ਸੋ ਇਹ ਸੀਗੇ ਸਾਡੇ ਨਾਲ ਨਿਰਮਲ ਰਿਸ਼ੀ ਮੈਮ, ਹੋਰ ਵੀ ਜਿਹੜੀਆਂ ਰੌਣਕਾਂ ਨੇ ਉਹ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।